ਸਸਤੇ ਲੱਗੇ ਸਰ। ਨਾਰਮਲੀ ਇਹ ਦਵਾਈ ਬਾਹਰੋਂ ਮਿਲ ਵੀ ਨਹੀਂ ਸਕਦੀ ਕਿੱਟ ਦੇ ਨਾਂ ਦੇ ਉੱਤੇ, ਕਿਸੇ ਨੂੰ ਨਹੀਂ ਪਤਾ ਵੀ ਕਿੱਟ ਕੀ ਹੁੰਦੀ ਕਿੱਟ। ਹਾਂਜੀ ਬਾਹਰੋਂ ਜੋ ਲਿਖਦੇ ਆ ਨਾ ਕਿੱਟ ਕਿੱਟ ਅੰਦਰ ਅੰਦਰ ਹੀ ਮਿਲਦੀ, ਕਿ ਅੰਦਰ ਹੀ ਉਹਨਾਂ ਨੇ ਡਾਕਟਰ ਸਾਹਿਬ ਨੇ ਉਸੇ ਕਰਕੇ ਕਿੱਟ ਹੀ ਲਿਖਿਆ ਹੋਇਆ, ਨਹੀਂ ਤਾਂ ਉਹਨਾਂ ਨੇ ਮੈਡੀਸਨ ਦਾ ਨਾਂ ਲਿਖਿਆ ਰੱਖਿਆ ਹੀ ਇਸੇ ਕਰਕੇ ਇਹਦੇ 2 ਜਾਂ 3 ਮੈਡੀਸਨ ਆ ਰਹੀਆਂ। ਲੱਗਿਆ ਜਿਹੜੇ ਸਟੋਰ ਤੇ ਜਾਣਾ ਨਹੀਂ ਜੀ ਇਹ ਸਰ ਇਹਨਾਂ ਨੂੰ ਨਾ ਆਹ ਜਿਹੜੀ ਸਾਡੇ ਕੋਲ ਹੈਗੀ ਸੀ ਨਾ ਇਹ ਅਸੀਂ ਇਹਨਾਂ ਨੂੰ ਦਿੱਤੀ ਹੋਈ ਆ, ਇਹ ਮਿਲਣੀ ਆ 50 ਰੂਮ ਨੰਬਰ ਕਮਰੇ 'ਚ। ਉਹ ਕਿੱਥੇ ਨੇ ਬੰਦੇ ਇਹਦੇ ਬਾਰੇ ਉਹ ਸਰ ਦੁਬਾਰਾ ਉਹਦੇ ਕੋਲੋਂ ਗਿਆ ਤੁਹਾਡੇ ਕੋਲ ਦੁਬਾਰਾ ਅੱਜ ਕਹਿਣ ਗਿਆ ਸਰ ਇਹਨਾਂ ਨੂੰ ਇੱਕ ਦਵਾਈ ਦਿੱਤੀ ਹੋਈ ਆ, ਇਹਨੂੰ ਵੀ ਸਾਡੇ ਕੋਲ ਪੈਂਟਾਸਿਟ ਡੀ ਐਸ ਆਰ ਇਕੱਠੀ ਨਹੀਂ ਹੈ, ਇਹਨਾਂ ਨੂੰ ਅਲੱਗ ਦਿੱਤੀ ਹੋਈ ਆ ਤੇ ਇਹ ਜਿਹੜੀ ਹੈ 50 ਰੂਮ ਕਮਰੇ 'ਚੋਂ ਮਿਲਣੀ ਆ ICTC ਕਮਰੇ ਤੋਂ ਜਿਹੜਾ ਰੂਮ ਉਹਨਾਂ ਦਾ। ਇਹਨਾਂ ਨੇ ਮੈਨੂੰ ਪੁੱਛਿਆ 50 ਰੂਮ ਕਿੱਥੇ ਆ, ਮੈਂ ਜਿੱਥੇ ਬੱਚਿਆਂ ਨੂੰ ਟੀਕੇ ਲਾ ਦੇ ਉਹਨਾਂ ਦੇ ਸਾਹਮਣੇ 50 ਬਸ ਇਹੀ ਦੱਸਿਆ ਸਰ, ਮੈਂ ਹੋਰ ਕੁਛ ਨਹੀਂ ਦੱਸਿਆ। ਕਮਰੇ 'ਚ ਲੈ ਲਓ ਜਿੱਥੇ ਕਮਰੇ 'ਚ ਗਏ ਉਹਨਾਂ ਕਿਹਾ ਅੱਜ ਮੈਂ ਤਰਨ ਤਾਰਨ ਸਿਵਲ ਹੋਸਪਿਟਲ ਜਾਬ ਚੈੱਕ ਕਰ ਰਿਹਾ ਹਾਂ, ਸੋ ਮੈਂ ਵਾੜਾ 'ਚ ਵੀ ਗਿਆ, ਉੱਥੇ ਪੇਸ਼ੈਂਟਾਂ ਨਾਲ ਗੱਲ ਕੀਤੀ ਹੈ। ਸੋ ਮੈਂ ਪੁੱਛਿਆ ਸਾਰੇ ਪੇਸ਼ੈਂਟ ਜਿਹੜੇ ਵਾੜਾ 'ਚ ਨੇ ਕਿ ਪ੍ਰੋਪਰ ਇਲਾਜ ਹੋ ਰਿਹਾ, ਮੈਡੀਸਨ ਮਿਲ ਰਹੀ ਆ, ਨਹੀਂ ਮਿਲ ਰਹੀ। ਸੋ ਸਾਰੇ ਨੇ ਤਸੱਲੀ ਪ੍ਰਗਟ ਕੀਤੀ ਆ ਕਿ ਸਾਨੂੰ ਮੁਸ਼ਕਿਲ ਕੋਈ ਨਹੀਂ, ਪਰ ਥੋੜ੍ਹੀ ਜਿਹੀ ਹੋਸਪਿਟਲ ਦੇ ਹਾਲਾਤ ਜੋ ਬਣੇ ਨੇ ਉਹਨਾਂ ਨੂੰ ਸੁਧਾਰਨ ਦੀ ਲੋੜ ਹੈ। ਸੋ ਮੈਂ ਇਹਨਾਂ ਨੂੰ ਕਿਹਾ, ਸਵਾਦ ਸਿਵਲ ਸਰਜਨ ਉਹਨਾਂ ਦੇ ਸ਼ਾਇਦ ਕੋਈ ਘਰ ਦੀ ਮਜਬੂਰੀ ਸੀ, ਉਹ ਇੱਥੇ ਮਿਲੇ ਨਹੀਂ ਮੈਨੂੰ। ਸੋ ਮੈਂ ਉਹਨਾਂ ਨੂੰ ਹੁਣੇ ਸੱਦ ਲਿਆ। ਸੋ ਜਿਹੜੀਆਂ ਵੀ ਇੱਥੇ ਕੋਈ ਮੁਸ਼ਕਿਲਾਂ ਨੇ ਹੋਸਪਿਟਲ ਦੀਆਂ, ਉਹਨੂੰ ਇਹਨਾਂ ਨੂੰ ਆਖਿਆ ਜਲਦੀ ਹੱਲ ਕਰੋ। ਮੈਂ ਡੀ ਸਾਹਿਬ ਦੀ ਸਪੈਸ਼ਲ ਡੀ ਸਾਹਿਬ ਨੂੰ ਕਿਹਾ, ਹੁਣ ਡੀ ਸਾਹਿਬ ਆਪ ਇੱਥੇ ਆਉਣਗੇ, ਕੱਲ੍ਹ ਸਾਰਾ ਆਪ ਵੇਖਣਗੇ ਇੱਥੇ ਆ ਕੇ। ਸੋ ਲਿਖ ਕੇ ਭੇਜਣਗੇ, ਸਾਰੀ ਰਿਪੋਰਟ ਕਰਨਾ। ਸਾਰੇ ਮਰੀਜ਼ਾਂ ਨੂੰ ਉਹਨਾਂ ਕੋਈ ਮੈਨੂੰ ਪਰੇਸ਼ਾਨੀ ਦੱਸੀ ਨਹੀਂ, ਪਰ ਤੁਸੀਂ ਹੁਣ ਮੈਨੂੰ ਕਿਹਾ ਇਸ ਚੀਜ਼ ਬਾਰੇ ਵੀ ਗੌਰ ਕੀਤਾ ਜਾਏਗਾ। ਸੋ ਕਿਸੇ ਤਰ੍ਹਾਂ ਦੀ ਮੁਸ਼ਕਿਲ ਜਿਹੜੀ ਆ, ਅਸੀਂ ਸਾਰੇ ਡਾਕਟਰ ਪੂਰੇ ਕਰ ਰਹੇ ਹਾਂ, ਸਾਰੇ ਨਰਸਿਸ ਹੀ ਕਾਫੀ ਜਿਹੜੀਆਂ ਸਾਡੀਆਂ ਪੋਸਟਾਂ ਖਾਲੀ ਸੀ, ਸਾਰੀਆਂ ਭਰਤੀਆਂ, ਕੁਛ ਰਹਿ ਗਈਆਂ ਭਰਨਾਂ ਦੀਆਂ ਵੀ ਜਲਦੀ ਭਰ ਜਾਂਦੀਆਂ ਨੇ। ਸੋ ਸਾਰਾ ਸਟਾਫ, ਨਰਸਿਸ, ਡਾਕਟਰ, ਪੈਰਾਮੈਡੀਕਲ ਸਟਾਫ, ਕਿਸੇ ਤਰ੍ਹਾਂ ਦੀ ਅਸੀਂ ਮੁਸ਼ਕਿਲ ਰਹਿ ਨਹੀਂ ਦਿੰਦੇ।